25/12/1992 ਨੂੰ ਜਦੋਂ ਬੇਅੰਤ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ, ਘਰੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ ਅਤੇ ਭਾਈ ਕੌਂਕੇ ਉਸ ਤੋਂ ਬਾਅਦ ਆਪਦੇ ਘਰ ਵਾਪਸ ਨਹੀਂ ਆਏ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿੰਡ ਕੌਂਕੇ ਪਹੁੰਚਦੀ ਹੈ ਭਾਈ ਕੌਂਕੇ ਦੇ ਪਰਿਵਾਰ ਨੂੰ ਮਿਲਣ ਵਾਸਤੇ। ਉਹਨਾਂ ਨੂੰ ਪੁਲਿਸ ਉੱਥੇ ਰੋਕਦੀ ਹੈ ਪਿੰਡ ਦੇ ਬਾਹਰ, ਉੱਥੇ ਉਹ ਧਰਨਾ ਦਿੰਦੇ ਆ। ਬਾਦਲ ਸਾਹਿਬ ਨੇ ਉਦੋਂ ਯਕੀਨ ਦਿਵਾਇਆ ਕੌਮ ਨੂੰ, ਪੰਜਾਬ ਵਾਸੀਆਂ ਨੂੰ, ਪਰਿਵਾਰ ਨੂੰ ਕਿ ਸਰਕਾਰ ਆਉਣ ਤੇ ਇਹਦੀ ਜਾਂਚ ਕਰਵਾਈ ਜਾਵੇ। 1997 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਅਤੇ ਉਸ ਵੇਲੇ ਜਿਹੜੀ ਇੱਕ ਡਿਸਅਪੀਅਰੈਂਸਿਸ ਕਮੇਟੀ ਬਣੀ ਸੀ, ਜਿਹੜੇ ਸਿੱਖ ਨੌਜਵਾਨ ਘਰਾਂ 'ਚੋਂ ਗਾਇਬ ਹੋਏ ਸੀ ਉਹਨਾਂ ਦੀ ਭਾਲ ਕਰਨ ਵਾਸਤੇ ਜਿਹੜੀ ਕਮੇਟੀ ਬਣੀ ਸੀ, ਇੱਕ ਵਫਦ ਉਹਦਾ ਬਾਦਲ ਸਾਹਿਬ ਕੋਲ ਆਉਂਦਾ ਅਤੇ ਉਸ ਵੇਲੇ ਦਾ 5 ਜੂਨ ਦਾ ਮੈਂ ਅਜੀਤ ਅਖਬਾਰ ਦੀ ਉਹ ਖਬਰ ਵੀ ਲੈ ਕੇ ਆਇਆ, ਜਿਹਦੇ 'ਚ ਇਹ ਵਰਣਨ ਕੀਤਾ ਗਿਆ ਕਿ ਇਹ ਡਿਸਅਪੀਅਰੈਂਸਿਸ ਕਮੇਟੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਮਿਲਦੀ ਹੈ ਤੇ ਜਾਂਚ ਦੀ ਮੰਗ ਕਰਦੀ ਹੈ। ਉਹਨਾਂ ਦੇ ਕਹਿਣ ਤੇ ਜਾਂਚ ਦਾ ਅਫਸਰ ਨਿਯੁਕਤ ਕੀਤਾ ਗਿਆ। ਤੁਸੀਂ ਦੱਸੋ ਕਿੰਨੀਆਂ ਕੁ ਅੱਜ ਤੱਕ ਮੁੱਖ ਮੰਤਰੀ ਜਿਹੜੀ ਕੋਈ ਕਮੇਟੀ ਜਾਂ ਕੋਈ ਵਫਦ ਮਿਲਦਾ ਹੈ ਉਹਨਾਂ ਦੇ ਮੁਤਾਬਕ ਜਾਂਚ ਅਫਸਰ ਲਾਉਂਦੇ ਹੈ। ਪਰ ਕਿਉਂਕਿ ਬਾਦਲ ਸਾਹਿਬ ਇਸ ਮਸਲੇ ਦੇ ਤਹਿ ਤੱਕ ਜਾਣਾ ਚਾਹੁੰਦੇ ਸੀ ਤੇ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਸੀ ਕਿ ਪਤਾ ਲੱਗੇ ਕਿਹੜੇ ਅਫਸਰਾਂ ਨੇ ਚੱਕਿਆ ਤੇ ਕਿਹੜੇ ਅਫਸਰਾਂ ਨੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ।